ਹਾਂਜੀ ਸਸ਼ੀ ਗਾਲ ਜੀ ਕਿੱਦਾਂ ਮੇਰੇ ਭੈਣ ਭਰਾ ਸਾਰੇ ਘੈਂਟ ਹੋ ਆਈ ਹੋਪ ਕਿ ਤੁਸੀਂ ਸਾਰੇ ਘੈਂਟ ਹੀ ਹੋਵੋਗੇ ਤਾਂ ਅੱਜ ਦੀ ਵੀਡੀਓ ਜਿਹੜੀ ਆਪਾਂ ਇਟਲੀ ਦੇ 9 ਮਹੀਨੇ ਵਾਲੇ ਪੇਪਰਾਂ ਦੇ ਉੱਤੇ ਲੈ ਕੇ ਆਂ ਕਿ ਇਟਲੀ ਦਾ ਜਿਹੜਾ 9 ਮਹੀਨੇ ਵਾਲਾ ਵਰਕ ਪਰਮਿਟ ਆ ਉਹ ਖੁੱਲਣ ਜਾ ਰਿਹਾ ਤੇ ਕਦੋਂ ਖੁੱਲਣ ਜਾ ਰਿਹਾ ਤੇ ਕਿੰਨੀ ਵੈਕੈਂਸੀ ਉਹਨਾਂ ਨੇ ਕਹੀ ਹੋਈ ਇਸ ਵਾਰ ਨਿਕਲਣੀ ਹੈ ਸੋ ਇਸ ਵੀਡੀਓ ਨੂੰ ਫੁੱਲ ਦੇਖਿਓ ਇਹਦੇ ਵਿੱਚ ਬਹੁਤ ਇਨਫੋਰਮੇਸ਼ਨ ਦੇਣੀ ਆ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਵੀ ਵੀਰ ਆਪਣੇ ਇੰਡੀਆ ਤੋਂ ਆਉਣ ਦਾ ਸੋਚਣਦੇ ਆ ਪੁਰਤਗਾਲ ਜਾਂ ਇਟਲੀ ਦੇ ਵਿੱਚ ਹਨਾ ਸੋ ਉਹਨਾਂ ਵੀਰਾਂ ਵਾਸਤੇ ਇਹ ਜ਼ਰੂਰ ਵੀਡੀਓ ਹੈ ਸੋ ਵੀਡੀਓ ਨੂੰ ਲਗਾਤਾਰ ਜ਼ਰੂਰ ਦੇਖਿਓ ਨਾਲੇ ਆਪਣੇ ਹੋਰ ਵੀ ਭੈਣ ਭਰਾਵਾਂ ਤੱਕ ਜ਼ਰੂਰ ਪਹੁੰਚਾਓ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਤੇ ਵੀਡੀਓ ਨੂੰ ਕਰਦੇ ਹਾਂ ਸਟਾਰਟ ਜਿੱਦਾਂ ਕਿ ਯਾਰਾ ਤੁਹਾਨੂੰ ਪਤਾ ਪਤਾ ਹੀ ਹੈ ਕਿ ਇਟਲੀ ਦੇ ਜਿਹੜੇ ਪੇਪਰ ਆ 9 ਮਹੀਨੇ ਵਾਲੇ ਉਹ ਹਰ ਸਾਲ ਦੇ ਵਿੱਚ ਜਿਹੜੇ ਕਿ ਨਿਕਲਦੇ ਹੁੰਦੇ ਆ ਸੋ ਪਿਛਲੀ ਵਾਰ ਵੀ ਜਿਹੜਾ ਕਿ ਉਹਨਾਂ ਨੇ 82000 ਬੰਦੇ ਦੀ ਵੈਕੈਂਸੀ ਜਿਹੜੀ ਕਿ ਉਹਨਾਂ ਨੇ ਵਰਕਰ ਦੀ ਓਪਨ ਕੀਤੀ ਸੀਗੀ ਸੋ ਹੁਣ ਇਸ ਵਾਰ ਫਿਰ ਤੋਂ ਜਿਹੜਾ ਕਿ ਉਹਨਾਂ ਨੇ ਕਿਹਾ ਹੋਇਆ ਆ ਕਿ 82000 ਬੰਦੇ ਦੇ ਕਰੀਬ ਆਪਾਂ 82000 ਤੋਂ ਜ਼ਿਆਦਾ ਵੀ ਹੋ ਸਕਦਾ ਜਿਹੜਾ ਕਿ ਵਰਕ ਪਰਮਨੈਂਟ ਓਪਨ ਕਰਨੇ ਆ 9 ਮਹੀਨਿਆਂ ਵਾਲੇ ਪੇਪਰ ਜਿਹੜੇ ਜਿਹਦੇ ਨਾਲ ਕਿ ਤੁਸੀਂ ਇਟਲੀ ਦੇ ਵਿੱਚ ਨਾਰਮਲੀ ਜਾ ਸਕਦੇ ਹੋ ਠੀਕ ਹੈ ਜੀ ਇਹ ਤਾਂ ਹੋ ਗਈ ਇੱਕ ਆਪਣੀ ਅਪਡੇਟ ਹਨਾ ਜਿਹੜੀ ਗੱਲਬਾਤ ਹੋ ਗਈ ਕਿ ਹਾਂ ਵੀ ਤੁਸੀਂ ਜਾ ਸਕਦੇ ਹੋ ਹੁਣ ਥੋੜੀ ਜੀ ਇਸ ਗੱਲ ਨੂੰ ਜਿਹੜਾ ਕਿ ਜ਼ਰੂਰ ਧਿਆਨ ਦਿਓ ਕਿ ਤੁਹਾਨੂੰ ਵੀ ਪਤਾ ਹੈ ਕਿ ਸਰਬੀਆਂ ਥਾਣੀ ਜਾਂ ਹੋਰ ਵੀ ਥਾਣੀ ਜਿਹੜੇ ਆਪਣੇ ਵੀਰ ਭਰਾ ਜਿਹੜੇ ਕੀ ਹੈ ਯੂਰਪ ਦੇ ਵਿੱਚ ਬਹੁਤ ਆਏ ਸੀਗੇ ਹੁਣ ਇਸ ਵਾਰ ਹਨਾ ਸੋ ਇਟਲੀ ਦੇ ਵਿੱਚ ਵੀ ਆਪਣੇ ਜਿਹੜੇ ਕੀ ਭੈਣ ਭਰਾ ਬਹੁਤ ਗਏ ਸੀਗੇ ਸੋ ਹੁਣ ਆਪਣੇ ਵੀਰ ਭਰਾ ਸਾਰੇ ਜਿਹੜੇ ਵੀ ਹੈਗੇ ਆ ਉੱਥੇ ਉਹ ਵੀ ਕਹਿੰਦੇ ਆ ਕਿ ਵਿਗਰ ਮੇਰੋ ਜੇ ਤੁਸੀਂ ਆ ਰਹੇ ਹੋ ਹੁਣ ਆਪਣਾ ਇੱਕ ਤੇ ਕੰਮ ਆਪਣਾ ਕੋਈ ਭੈਣ ਭਰਾ ਜਿਹੜਾ ਹੈਗਾ ਆ ਉਹਨੂੰ ਹੱਥ 'ਚ ਜਰੂਰ ਰੱਖਿਓ ਹਨਾ ਕਿ ਜਿਹੜਾ ਕਿ ਤੁਹਾਡੀ ਰਹਿਸ਼ ਕਰਵਾ ਦੇਵੇ ਉੱਥੇ ਕਿਉਂਕਿ ਅੱਜ ਕੱਲ ਜਿੱਦਾਂ ਤੁਹਾਨੂੰ ਪਤਾ ਹੀ ਆ ਪੰਜ ਕਹ ਲੀਏ ਕਿ ਆਪਣਾ ਭੈਣ ਭਰਾ ਜੇ ਕੋਈ ਆਪਾਂ ਨੂੰ ਨਹੀਂ ਜਾਣਦਾ ਕੋਈ ਹੈਗਾ ਵਿਦਆਊਟ ਜਾਣਕਾਰੀ ਤੋਂ ਜੇ ਆਪਾਂ ਜਾਣਦੇ ਆ ਤੇ ਸਾਨੂੰ ਜਿਹੜਾ ਕਿ ਉੱਥੇ ਔਖਾ ਹੁੰਦਾ ਚਾਹੇ ਕਿਤੇ ਵੀ ਲਾ ਲਓ ਯੂਰਪ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਲਾ ਲਓ ਹਨਾ ਸੋ ਇਟਲੀ ਦੇ ਵਿੱਚ ਵੀ ਹੁਣ ਜਿੱਦਾਂ ਕਿ ਰਹਿਸ਼ਾਂ ਦਾ ਲੱਪਣਾ ਥੋੜਾ ਔਖਾ ਹੋਇਆ ਪਿਆ ਜੇ ਤੇ ਆਪਣਾ ਭੈਣ ਭਰਾ ਕੋਈ ਉੱਥੇ ਹੋਵੇ ਚਲੋ ਉਹ ਤੇ ਇਹ ਆ ਕਿ ਚਲੋ ਸਾਡੀ ਥੋੜੀ ਮਦਦਤ ਹੋ ਜਾਂਦੀ ਹੈ ਕੰਮਕਾਰ ਦੀ ਮਦਦਤ ਹੋ ਜਾਂਦੀ ਹੈ ਹਨ ਅੱਗੇ ਪੇਪਰ ਜਿਹੜੇ ਲਵਾਉਣ ਦੇ ਵਿੱਚ ਆ ਉਹਦੇ ਵਿੱਚ ਹੈਲਪ ਹੋ ਜਾਂਦੀ ਹੈ ਸੋ ਹੁਣ ਮੇਰੇ ਵੀਰ ਜਿਹੜੇ ਵੀ ਕੋਈ ਆ ਰਿਹਾ ਇਟਲੀ ਦੇ ਵਿੱਚ ਉਹਨਾਂ ਲਈ ਖੁਸ਼ਖਬਰੀ ਹੈ ਕਿ ਭਈ ਵਰਕ ਪਰਮਿਟ ਜਿਹੜੇ ਕੀ ਓਪਨ ਹੋ ਜਾਣੇ ਆ ਹੁਣ ਬਸ ਮੇਨ ਜਿਹੜੀ ਤਰੀਕ ਆ ਉਹੀ ਆਉਣ ਵਾਲੀ ਆ ਉਹਨਾਂ ਨੇ ਇਹ ਕਰ ਦਿੱਤਾ ਹੋਇਆ ਆ ਕਿ ਹਾਂਜੀ 82000 ਬੰਦੇ ਨੂੰ ਜਿਹੜਾ ਕਿ ਇਸ ਵਾਰ ਵਰਕ ਪਰਮਿਟ ਦੇਣਾ ਉਸ ਤੋਂ ਉੱਤੇ ਵੀ ਜਿਹੜਾ ਕਿ ਵਰਕ ਪਰਮਿਟ ਜਿਹੜੇ ਕਿ ਉਹ ਦੇ ਸਕਦੇ ਆ ਸੋ ਵੀਰ ਮੇਰੇ ਇੱਕ ਹੋਰ ਗੱਲ ਜਰੂਰ ਆਪਣੇ ਦਿਮਾਗ 'ਚ ਰੱਖਿਓ ਕਿਉਂਕਿ ਹੁਣ ਜਿਹੜੇ ਤੁਹਾਨੂੰ ਪਤਾ ਹੀ ਐ ਏਜੰਟ ਜਿਹੜੇ ਆ ਉਹਨਾਂ ਨੇ ਵੀ ਬਹੁਤ ਮੂੰਹ ਅੰਡ ਲੈਣੇ ਆ ਸੋ ਇਹਨਾਂ ਪੇਪਰਾਂ ਦੀ ਜਿਹੜੀ ਕਿ ਜ਼ਿਆਦਾ ਪੈਸੇ ਨਹੀਂ ਲੱਗਦੇ ਹੈਗੇ ਇਹਦੇ ਵਿੱਚ ਇਹਨਾਂ ਦੇ ਵਿੱਚ ਸਿਰਫ ਜਿਹੜਾ ਪੇਪਰ ਤੋਂ ਢੇ ਭਰਦਾ ਆ ਉਹਦੀ ਜਿਹੜੀ ਕਿ ਉਹ ਉਹਦੇ ਡਾਕੂਮੈਂਟ ਲੱਗਦੇ ਆ ਜਾਂ ਤਾਂ ਫਿਰ ਜਿਹੜੀ ਸਰਕਾਰੀ ਫੀਸ ਆ ਉਹ 100 200 ਯੂਰੋ ਆ ਜਿਹੜੀ ਕਿ ਲੱਗਦੀ ਆ ਬਾਕੀ ਚਲੋ ਜੇ ਕੋਈ ਭੈਣ ਭਰਾ ਤੁਹਾਡੇ ਪੇਪਰ ਭਰਦਾ ਹੈ ਚਲੋ ਆਪਣੇ ਉਹ ਪੈਸੇ ਲੈ ਵੀ ਲੈਂਦਾ ਤੁਹਾਡੇ ਕੋਲ ਹਣਾ ਚਲੋ ਜਿਆ ਕਿ ਤੁਹਾਨੂੰ ਪਹਹਾਹ ਦਿੰਦਾ ਯੂਰਪ ਦੇ ਵਿੱਚ ਹਣਾ ਸੋ ਅਗਲਾ ਕਿੰਨੇ ਪੈਸੇ ਲੈਂਦਾ ਕਿੰਨੇ ਨਹੀਂ ਲੈਂਦਾ ਉਹ ਉਹਦੇ ਤੇ ਡਿਪੈਂਡ ਕਰਦਾ ਆ ਬਾਕੀ ਨੋਰਮਲੀ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਜਿਹੜੇ ਵੀਰ ਆਪਣੇ ਕਈ ਦੇ ਕੇ ਵੀ ਆਏ ਆ ਜਿਹੜੇ ਆਪਣੇ ਹੈਗੇ ਆ ਕਨੈਕਟ ਚ ਵੀ ਚਲੋ ਜਿੱਦਾਂ ਵੀ ਆ ਹਣਾ ਸੋ ਉਹ ਕਈ ਵੀਰ ਆਪਣੇ ਪੰਜ ਚ ਵੀ ਆਏ ਨੇ ਉੱਥੇ 5 ਲੱਖ ਚ ਹਣਾ ਕਈ ਵੀਰ 7 ਚ ਵੀ ਆਏ ਨੇ ਇੰਨਾ ਕਿ ਇਹ ਪੇਪਰਾਂ ਦੇ ਜਿਹੜੇ ਕੀ ਹੁੰਦੇ ਆ ਖਰਚਾ ਹੁਣ ਕਈ ਵੀਰ ਕੀ ਕਰਦੇ ਕਈ 12 12 13 13 ਲੱਖ ਰੁਪਏ ਵੀ ਮੰਗੇ ਜਾਂਦੇ ਆ ਪਰ ਉਹ ਵੀ ਬਹੁਤ ਜ਼ਿਆਦਾ ਆ ਸੋ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ ਆਪਣਾ ਸਹੀ ਪੈਸੇ ਕਰਿਓ ਤੁਸੀਂ ਹਨਾ ਪਰ ਬੰਦਾ ਸਹੀ ਚੁਣੀਓ ਆਪਣੇ ਵੀਰ ਭਰਾ ਜਿੰਨੇ ਵੀ ਉੱਥੇ ਤੁਹਾਡੇ ਕੋਈ ਫੈਮਿਲੀ ਮੈਂਬਰ ਜਾਂ ਕੋਈ ਕੋਈ ਰਹਿੰਦੇ ਆ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਿਓ ਕਿ ਹਾਂਜੀ ਭਾਜੀ ਇਟਲੀ ਦੇ ਪੇਪਰ ਨਿਕਲ ਰਹੇ ਆ ਤੇ ਸਾਡੇ ਜਿਹੜੇ ਕੀ ਪਰਵਾ ਦਿਓ ਹਨਾ ਜਾਂ ਉਹਨਾਂ ਨਾਲ ਆਪਾਂ ਜਿੱਦਾਂ ਵੀ ਤੁਸੀਂ ਖਰਚਾ ਪਾਣੀ ਜੋ ਵੀ ਹੈਗਾ ਤੁਸੀਂ ਆਪਣਾ ਆਪੇ ਕਰ ਲਿਓ ਕਈਆਂ ਦੇ ਵੀਰ ਭਰਾ ਚੰਗੇ ਭਰਾਵਾਂ ਨਹੀਂ ਲੈਂਦੇ ਕਈਆਂ ਦੇ ਨਹੀਂ ਹੁਣ ਤੇ ਸਾਰਾ ਕੁਝ ਲੈਂਦੇ ਆ ਸੋ 82000 ਜਿਹੜੀ ਆ ਕਿ ਉਹ ਵੀਰ ਮੇਰਿਓ ਹੁਣ ਆਪਣੇ ਕੋਟਾ ਨਿਕਲਣ ਆਇਆ ਸੋ ਜਿੰਨੇ ਵੀ ਭੈਣ ਭਰਾ ਹੈਗੇ ਆ ਜਿਹੜੇ ਕਿ ਯੂਰਪ ਆਉਣ ਦਾ ਸੋਚ ਰਹੇ ਆ ਸੋ ਉਹ ਜਰੂਰ ਇਸ ਵੀਡੀਓ ਨੂੰ ਦੇਖਿਓ ਨਾਲੇ ਹੋਰ ਵੀ ਭੈਣ ਭਰਾਵਾਂ ਤੱਕ ਜਰੂਰ ਪਹੁੰਚਾਓ ਪਰ ਵੀਰ ਮੇਰਿਓ ਯੂਰਪ ਦੇ ਵਿੱਚ ਹੁਣ ਕੋਰੇ ਰੇਸ਼ਾਂ ਦੇ ਤੇ ਕਮਾਕਾਰਾਂ ਦੇ ਹਾਲਾਤ ਹਰ ਇੱਕ ਕੰਟਰੀ ਦੇ ਵਿੱਚ ਥੋੜੇ ਠੀਕ ਮਤਲਬ ਕੀ ਹੋਏ ਆ ਇੱਕ ਤੇ ਨੰਬਰ 2 ਤੇ ਇੱਥੇ ਠੰਡ ਹੋਣ ਤੁਹਾਨੂੰ ਪਤਾ ਜਨਵਰੀ ਫਰਵਰੀ ਦੇ ਵਿੱਚ ਵੈਸੇ ਕੰਮ ਜਿਹੜੇ ਕਿ ਘਟ ਜਾਂਦੇ ਆ ਕਿਸੇ ਵੀ ਆਪਣੇ ਲਾਲੋ ਜ ਫਰਾਂਸ ਜਰਮਨ ਕਿਤੇ ਵੀ ਲਾਲੋ ਠੰਡ ਦੇ ਵਿੱਚ ਕਿਉਂਕਿ ਜੇ ਤੁਸੀਂ ਪੁਰਤਕਾਲ ਵੀ ਆਉਣਾ ਹੋਵੇ ਪੁਰਤਕਾਲ ਦੇ ਵਿੱਚ ਵੀ ਜਿਹੜੇ ਕੀ ਆ ਠੰਡ ਤੇ ਕਰਕੇ ਜਿਹੜਾ ਖੇਤੀਬਾੜੀ ਦਾ ਕੰਮ ਜਿਹੜਾ ਕਿ ਉਹ ਬੰਦ ਹੋ ਜਾਂਦਾ ਜੋ ਕਿ ਮਾਰਚ ਤੋਂ ਚੱਲਣਾ ਸਟਾਰਟ ਹੋ ਜਾਂਦਾ ਆ ਫਿਰ ਆਪਣੇ ਵੀਰ ਆਪਣੇ ਭਰਾ ਇੱਧਰ ਉੱਧਰ ਚਲੇ ਜਾਂਦੇ ਆ ਹਨ ਸੋ ਕਾਫੀ ਆਪਣਾ ਸਰ ਜਾਂਦਾ ਆ ਸੋ ਵੀਰ ਭਰਾ ਜਿੰਨੇ ਵੀ ਆ ਰਹੇ ਹੋ ਸਿੱਧੀ ਗੱਲ ਦੱਸਾਂ ਮੈਂ ਤੁਹਾਨੂੰ ਆਪਣੇ ਕਿਸੇ ਰਿਸ਼ਤੇਦਾਰ ਕੋਲ ਆਪਣੇ ਕਿਸੇ ਵੀ ਭੈਣ ਭਰਾ ਨੂੰ ਕਹਿ ਛੱਡੋ ਵੀਰੇ ਕਿ ਜਿੱਦਾਂ ਪੇਪਰ ਦਾ ਤਰੀਕ ਆਉਂਦੀ ਆ ਤਾਂ ਮੇਰਾ ਭਰਨੇ ਆ ਤੇ ਮੈਨੂੰ ਬਸ ਕੰਮ ਦਾ ਨਹੀਂ ਤੇ ਰਿਹਿਸ਼ਦਾ ਕਰਵਾ ਦੀ ਕੰਮ ਚੱਲੋ ਬੰਦਾ ਆਪੇ ਹੌਲੀ ਹੌਲੀ ਲੱਭ ਹੀ ਲੈਂਦਾ ਆ ਸੋ ਜੋ ਤੁਹਾਡੇ ਪੈਰ ਲਵਾ ਦੇ ਹੁਣ ਇਹ ਆ ਕਿ ਪੈਰ ਲਵਾਉਣ ਨੂੰ ਤੇ ਬਥੇਰੇ ਹੁੰਦੇ ਨੇ ਪਰ ਕਈ ਵੀ ਹੁੰਦਾ ਕਿ ਪੈਸੇ ਖਾਣ ਵਾਲੇ ਜਿਹੜੇ ਉਹ ਜਾਦੇ ਆ ਸਹੀ ਹੈ ਜੀ ਉਹਨਾਂ ਤੋਂ ਵੀ ਬਾਝ ਬਚਾ ਕੇ ਮੇਰੇ ਭੈਣ ਭਰਾ ਜਿੰਨੇ ਵੀ ਹੈਗੇ ਆ ਹਨ ਬਾਕੀ ਇਹੀ ਸੀਗੀ ਅੱਜ ਦੀ ਵੀਡੀਓ ਇਟਲੀ ਤੇ ਪੇਪਰ ਜਿਹੜੇ ਕੀ ਓਪਨ ਹੋਣ ਜਾ ਰਿਹਾ ਹੈ ਵਰਕ ਪਰਮਿਟ ਜਿਹੜਾ 9 ਮਹੀਨਿਆਂ ਵਾਲਾ ਹੈਗਾ ਆ ਬਾਕੀ ਕੋਈ ਵੀ ਅਪਡੇਟ ਆਉਂਦੀ ਆ ਸੋ ਆਪਣੇ ਪਰ ਆ ਭੈਣ ਭਰਾਵਾਂ ਦੇ ਨਾਲ ਮੈਂ ਜ਼ਰੂਰ ਸ਼ੇਅਰ ਕਰੂੰਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ ਜੀ